ਅਕਾਲੀ ਦਲ ਕਾਬਜ ਰਿਹਾ ਬਠਿੰਡੇ ਸੀਟ ਦੀ ਆਪਾਂ ਗੱਲ ਕਰੀਏ, ਬਠਿੰਡੇ ਜ਼ਿਲ੍ਹੇ ਦੀ ਵੋਟਿੰਗ ਪਰਸੈਂਟੇਜ ਬਹੁਤ ਘੱਟ ਰਹਿਣੀ ਆ। ਮੁਕਾਬਲਾ ਅਖੀਰ ਨੂੰ ਆਮ ਆਦਮੀ ਪਾਰਟੀ ਦਾ ਤੇ ਅਕਾਲੀਆਂ ਦਾ ਹੋਣਾ। ਅੱਜ ਹਵਾ ਦੇ ਵਿੱਚ ਦੇਖੀਏ, ਹਵਾ ਦੇ ਵਿੱਚ ਲੱਖੇ ਹਿਧਾਣਾ ਕਿਤੇ ਨਾ ਕਿਤੇ ਦਿਖਾਈ ਨਹੀਂ ਦਿੰਦਾ। ਹਵਾ ਜਿੱਥੇ ਹੈਗੀ, ਆਪਾਂ ਦੋ ਤਿੰਨ ਸੀਟਾਂ ਦੀ ਗੱਲ ਕਰਦੇ ਜਿਵੇਂ ਖਡੂਰ ਸਾਹਿਬ ਦੀ ਗੱਲ ਕਰਦੇ, ਫਰੀਦਕੋਟ, ਉੱਥੇ ਹਵਾ ਹੈ। ਬਾਦਲ ਕੇ ਜਿੱਦਾਂ ਮੁੱਲ ਵੋਟ ਲੈਂਦੇ ਆ, ਨਸ਼ਾ ਵਰਤਾਉਂਦੇ ਆ, ਵਰਤਾਉਣਗੇ ਸਾਰੇ ਬੇਸ਼ੱਕ ਕਿ ਆਪਦੇ ਆਪ ਨੂੰ ਪੰਥਕ ਧਿਰ ਕਹਿੰਦੇ ਆ, ਪਰ ਪੰਥਕ ਧਿਰ ਇੱਥੇ ਕਰੂ ਸਾਰਾ ਕੁਝ। ਪੈਸਾ ਐਤਕੀ ਇੰਨਾ ਕੁ ਬਠਿੰਡੇ 'ਚ ਵੰਡਿਆ ਜਾਣਾ, ਸ਼ਰਾਬ ਇੰਨੀ ਕਾਉਣੀ ਆ, ਮੈਂ ਕਹਿੰਦਾ ਵੀ ਜਿਹਦਾ ਦੰਤ ਕੋਈ ਨਹੀਂ ਹੋਣਾ। ਜੀਤਮਿੰਦਰ ਕੀ ਆ, ਪੈਸੇ ਦੇ ਵਿੱਚ ਕਿਸੇ ਤੋਂ ਦੱਬਦਾ ਨਹੀਂ, ਅਤੇ ਉਹਦੀ ਸਭ ਤੋਂ ਵੱਡੀ ਨਫ਼ਰਤ ਜਿਹੜੀ ਕਰਦਾ ਮੇਰੇ ਖਿਆਲ 'ਚ ਉਹ ਹਰਸਿਮਰਤ ਨੂੰ ਕਰਦਾ, ਕਿਉਂਕਿ ਉਦੋਂ ਪਿੱਛੇ ਹਲਕੇ ਦੇ ਪਿੱਛੇ ਵੀ ਜਲੀਲ ਕੀਤਾ ਗਿਆ, ਹੋਰ ਬੜਾ ਕੁਛ ਹੋਇਆ। ਮੈਂ ਕਹਿੰਦਾ ਉਹ ਵੀ ਆਪਦਾ ਸਾਰਾ ਜ਼ੋਰ ਲਾਊਗਾ ਮੁੱਲ ਵਾਲੀ ਵੋਟ 'ਤੇ। ਮਲੂਕੇ ਦਾ ਪਾਸੇ ਹੋਣਾ, ਪਹਿਲਾਂ ਬੀਜੇਪੀ ਨਾਲ ਉਹਨਾਂ ਦਾ ਟੋਲ ਮਾਰਕੀਟ ਤੋੜ ਵਿਛੋੜਾ ਹੋਣਾ। ਕੈਡਰ ਦੀ ਵੋਟ ਦੋਨਾਂ ਤਰ੍ਹਾਂ ਕੋਲੇ ਹੈਗੀ, ਅਕਾਲੀਆਂ ਕੋਲੇ ਵੀ ਆ, ਕਾਂਗਰਸ ਕੋਲੇ ਵੀ ਆ। ਆਪ ਕੋਲੇ ਕੈਡਰ ਵੋਟ ਹੈ ਨਹੀਂ, ਨਾ ਹੀ ਉਹਨਾਂ ਤੋਂ 2 ਸਾਲਾਂ 'ਚ ਤਿਆਰ ਹੋਇਆ, ਪਰ ਸਿਰਫ ਇੱਕ ਵੇਵ ਹੈਗੀ ਜਿਹੜੀ ਭਗਵੰਤ ਮਾਨ ਨਾਲ ਜੁੜੀ ਹੋਈ ਆ। ਕੁਛ ਯੂਥ ਦੇ ਵਿੱਚ ਜਿਹੜੇ ਮਾਕੇ ਹੁੰਦੇ ਆ, ਅਗਰੈਸਿਵ ਮੁੰਡੇ ਫੇਸਬੁੱਕ 'ਤੇ ਜ਼ਿਆਦਾਤਰ ਜਿਹੜੇ ਕਰਦੇ ਆ, ਉਹਨਾਂ ਦੀਆਂ ਵੋਟਾਂ ਜ਼ਰੂਰ ਲੱਖਾ ਸਿਧਾਣੇ ਨੇ ਲੈ ਜਾਣੀਆਂ ਨੇ, ਪਰ ਲੱਖੇ ਸਿਧਾਣੇ ਨੂੰ ਵੋਟ ਖੈਰੇ ਨੂੰ ਜਿਹੜੀ ਵੋਟ ਪਈ ਸੀ 38,000, ਹਾਂ ਉਹ ਵੋਟ ਜਿਹੜਾ ਬੈਂਕ ਹੈਗਾ ਉਹ ਸਾਰਾ ਲਗਭਗ ਕੀ ਆ, ਲੱਖੇ ਸਿਧਾਣੇ ਵੱਲ ਮੂਵ ਹੋਣਾ। ਸਭ ਤੋਂ ਵੱਡੀ ਗੱਲ ਬਾਈ, ਇੱਕ ਡੇਟ ਵਾਲੀ ਕਸੂਤੀ ਆ ਗਈ, 1 ਜੂਨ। 1 ਜੂਨ ਉਹ ਡੇਟ ਆ ਜਿਹੜੀ ਦਿਨ ਡੇਟ ਨੂੰ ਕੀ ਆ, ਬੁਰਜ ਜਵਾਹਰ ਕਿਦੋਂ ਕੀ ਆ, ਮਹਾਰਾਜ ਦੇ ਸਰੂਪ ਚੋਰੀ ਹੁੰਦੇ ਆ, ਉਹ ਲੋਕਾਂ ਦੇ ਜਹਿਨ 'ਚ ਹੈਗੇ ਆ। ਕਾਂਗਰਸ ਨੂੰ ਜੂਨ ਮਹੀਨੇ ਚੜ੍ਹਨ ਦਾ ਕੀ ਆ, ਖਮਿਆਜਾ ਭੁਗਤਣਾ ਪਊ। ਪਿਛਲਾ ਡਾਟਾ ਚੱਕੀਏ ਨਾ ਆਪਾਂ, 48% ਵੋਟ ਜਿੱਤਣ ਵਾਲੇ ਨੂੰ ਪੈਂਦੀ ਆ, 47% ਵੋਟ ਸੈਕਿੰਡ ਕੰਟੈਂਡਰ ਪਿਛਲੀ ਵਾਰ ਰਾਜਾ ਪਟਿੰਗ ਰਿਹਾ ਉਹਨੂੰ ਪੈਂਦੀ ਆ। ਉਦੋਂ ਪਹਿਲਾਂ ਜਿਹੜੀ ਮਾਕੇ ਰੇਸ਼ੋ ਸੀਗੀ ਉਹ ਸੀਗੀ 42 ਆਪਣਾ 41-39 ਦੀ, ਤਾਂ ਜਿਹੜਾ ਰੇਸ਼ੋ ਬੜੀ ਥੋੜ੍ਹੀ ਹੈ ਨਾ ਆਪਸ ਦੇ ਮੁਕਾਬਲੇ ਦੀ। ਥਾਪੀ ਦਾ ਤਾਂ ਮਰੂ ਨਾ ਬੰਦੇ ਦੇ ਅੰਦਰ ਜਾਣ ਹੋਊ, ਜਾਣ ਤਾਂ ਅੱਜ ਕਿਸੇ 'ਚ ਨਹੀਂ, ਕਿਸੇ ਪੋਲੀਟੀਕਲ ਪਾਰਟੀ 'ਚ ਨਹੀਂ, ਨਾ ਕਾਂਗਰਸ 'ਚ, ਨਾ ਅਕਾਲੀਆਂ 'ਚ, ਨਾ ਆਮ ਆਦਮੀ ਵਾਲੇ। ਹੁਣ ਮਸਲਾ ਤਾਂ ਸਿਰਫ ਇਹ ਆ ਵੀ ਠੋਰਾ ਠਾਰੀ ਆ ਲੋਕਾਂ ਦੇ ਵਿੱਚ, ਨਾ ਤਾਂ ਉਤਸ਼ਾਹ ਗਾ, ਠੀਕ ਹੈ ਨਾ। ਉਤਸ਼ਾਹ ਨਾ ਹੋਣ ਦਾ ਕਾਰਨ ਹੀ ਇਹ ਆ ਕਿ ਲੋਕਾਂ ਦਾ ਮੋਹ ਹੀ ਭੰਗ ਹੋ ਗਿਆ ਸਿਆਸਤ। ਸਤਿ ਸ਼੍ਰੀ ਅਕਾਲ, RMB ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ, ਮੈਂ ਆ ਜਸ ਕਰੇਵਾਲ, ਉਮੀਦ ਕਰਦਾ ਠੀਕ ਠਾਕ ਹੋਵੋਗੇ। ਪ੍ਰੋਗਰਾਮ ਸਿਆਸੀ ਚਰਚਾ ਦੇ ਵਿੱਚ ਤੁਹਾਡਾ ਸਭਨਾਂ ਦਾ ਸਵਾਗਤ ਹੈ। ਅੱਜ ਗੱਲਬਾਤ ਪੰਜਾਬ ਦੀਆਂ 2 ਹੌਟ ਸੀਟਾਂ 'ਤੇ ਕਰਾਂਗੇ, ਸੰਗਰੂਰ ਅਤੇ ਬਠਿੰਡਾ, ਜਿਹੜੀਆਂ ਹਮੇਸ਼ਾ ਤੋਂ ਹੌਟ ਸੀਟਾਂ ਜਿਹੜੀਆਂ ਉਹ ਰਹਿੰਦੀਆਂ ਨੇ, ਕਿਉਂਕਿ ਸੰਗਰੂਰ ਤੋਂ ਜਿਹੜੇ ਹੈਗੇ ਨੇ ਭਗਵੰਤ ਸਿੰਘ ਮਾਨ ਕਿਸੇ ਵੇਲੇ MP ਰਹੇ ਸੀ, ਤਾਂ ਆਮ ਆਦਮੀ ਪਾਰਟੀ ਦਾ ਗੜ੍ਹ, ਆਮ ਆਦਮੀ ਪਾਰਟੀ ਦੀ ਰਾਜਧਾਨੀ ਸੰਗਰੂਰ ਨੂੰ ਮੰਨਿਆ ਜਾਂਦਾ। ਅਤੇ ਦੂਸਰੇ ਪਾਸੇ ਬਠਿੰਡੇ ਦੀ ਗੱਲ ਕਰੀਏ ਤਾਂ ਬਾਦਲ ਪਰਿਵਾਰ ਦਾ ਘਰ, ਬਾਦਲ ਪਰਿਵਾਰ ਦਾ ਗੜ੍ਹ ਬਠਿੰਡੇ ਨੂੰ ਜਿਹੜਾ ਉਹ ਮੰਨਿਆ ਜਾਂਦਾ। ਦੋਨੋਂ ਪੰਜਾਬ ਦੀਆਂ ਹੌਟ ਸੀਟਾਂ 'ਤੇ ਗੱਲ ਕਰਾਂਗੇ ਕਿ ਬਣਦਾ ਕੀ ਹੈ। ਮੇਰੇ ਨਾਲ ਬਾਈ ਰੁਪਿੰਦਰ ਹੋਣਗੇ, ਸਭ ਤੋਂ ਪਹਿਲਾਂ ਬਾਈ ਦਾ ਸਵਾਗਤ ਕਰੀਏ। ਬਾਈ ਜੀ ਸਵਾਗਤ, RMB ਟੈਲੀਵਿਜ਼ਨ ਦੇ। RMB ਟੈਲੀਵਿਜ਼ਨ ਦੇਖਣ ਵਾਲੇ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਮੈਂ ਗੱਲ ਕਰਿਆ ਕਿ ਦੋਨੋਂ ਹੌਟ ਸੀਟਾਂ ਨੇ ਪੰਜਾਬ ਦੀਆਂ, ਹਾਲਾਂਕਿ ਹੌਟ ਸੀਟ ਤਾਂ ਇਸ ਵੇਲੇ ਜਿਹੜੀ ਆ ਜਲੰਧਰ ਵੀ ਬਣੀ ਹੋਈ ਆ, ਖਡੂਰ ਸਾਹਿਬ ਜਿਹੜੀ ਆ ਉਹ ਵੀ ਬਣੀ ਹੋਈ ਆ, ਪਰ ਮੁੱਖ ਹੌਟ ਸੀਟ ਦੀ ਗੱਲ ਕਰੀਏ, ਸੰਗਰੂਰ ਅਤੇ ਬਠਿੰਡਾ। ਬਠਿੰਡੇ ਤੋਂ ਸ਼ੁਰੂਆਤ ਕਰਦੇ ਹਾਂ। ਬਠਿੰਡੇ ਦੇ ਵਿੱਚ ਜਿੱਥੇ ਬਾਦਲ ਪਰਿਵਾਰ ਆਏ ਸਾਲ ਥਾਪੀ ਮਾਰਦਾ ਸੀ, ਸ਼੍ਰੋਮਣੀ ਅਕਾਲੀ ਦਲ ਥਾਪੀ ਮਾਰਦੀ ਸੀ ਕਿ ਭਾਈ ਇਹ ਤਾਂ ਸੀਟ ਸਾਡੀ ਆ, ਜਿੰਨਾ ਕੰਮ ਬਠਿੰਡੇ 'ਚ ਅਸੀਂ ਕਰਵਾਇਆ ਕਰਵਾਇਆ ਕਿਸੇ ਨੇ, ਕੀ ਲੱਗਦਾ ਕਿ ਐਤਕੀ ਉਹ ਥਾਪੀ ਉਸੇ ਜ਼ੋਰ ਦੇ ਨਾਲ ਵੱਜ ਰਹੀ ਆ, ਜਾਂ ਫਿਰ ਉਹ ਥਾਪੀ ਜਿਹੜੀ ਆ ਉਹ ਥੋੜ੍ਹੀ ਜਿਹੀ ਹੌਲੀ ਹੋ ਗਈ? ਮਸਲਾ ਬਾਈ, ਥਾਪੀ ਦਾ ਜਿਵੇਂ ਤੁਸੀਂ ਗੱਲ ਕਰ ਦਿਓ ਨਾ, ਅਸਲ ਦੇ ਵਿੱਚ ਗਰਮੀ ਵੀ ਬਹੁਤ ਆ, ਠੀਕ ਹੈ ਨਾ, ਥਾਪੀ ਮਾਰਦਿਆਂ ਨੂੰ ਹੁਣ ਡਰ ਵੀ ਹਰੇਕ ਨੂੰ ਲੱਗਦਾ। ਹੁਣ ਰੌਲਾ ਇਹ ਵੀ ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆਈ ਜਾਂਦੀ ਆ, ਮਾਹੌਲ ਵੀ ਗਰਮ ਹੋਈ ਜਾਂਦਾ, ਅਤੇ ਮੈਂ ਕਿ ਸੱਤਾ ਦਾ ਜਿਹੜਾ ਮੈਂ ਕਿ ਪਰਿਵਰਤਨ ਆ, ਬੜੀ ਤੇਜ਼ੀ ਨਾਲ ਜਿਹੜੇ ਸਮੀਕਰਨ ਬਦਲ ਰਹੇ ਆ। ਹੁਣ ਥਾਪੀਆਂ ਮਾਰਨ ਜੋਗਾ ਅੱਜ ਦੇ ਟਾਈਮ 'ਚ ਕੋਈ ਨਹੀਂ। ਆਪਾਂ ਗੱਲ ਕਰਦੇ ਨਾ, ਜਿੰਨੇ ਪੰਜਾਬ 'ਚ ਮੁੱਦੇ ਨੇ ਸਾਰੇ ਨਦਾਰਦ ਹੋ ਗਏ। ਸਭ ਤੋਂ ਵੱਡਾ ਮੁੱਦਾ ਜਿਹੜਾ ਸੀਗਾ ਪੰਜਾਬ 'ਚ, ਜਿਹਦੇ ਨਾਂ 'ਤੇ ਸਭ ਤੋਂ ਪਿਛਲੇ ਟਾਈਮ 'ਚ ਸਿਆਸਤ ਰਹੀ, ਬੇਅਦਬੀ ਦਾ ਮੁੱਦਾ, ਉਹ ਹੱਲ ਕਿਸੇ ਤੋਂ ਨਹੀਂ ਹੋਇਆ, ਨਾ ਤਾਂ ਆਪ ਵਾਲਿਆਂ ਤੋਂ ਕੁਛ ਕਰ ਸਕੇ, ਕਾਂਗਰਸ ਉਹ 'ਚ ਬੋਲ ਨਹੀਂ ਸਕਦੀ, ਠੀਕ ਹੈ ਨਾ, ਕਿਉਂਕਿ ਸਾਡੇ ਰਿਲੀਜੀਅਸ ਮਸਲਿਆਂ ਦੇ ਉੱਤੇ ਸਭ ਤੋਂ ਵੱਡੇ ਜਿਹੜੇ ਮੈਂ ਗੁਨਾਹ ਕਰਕੇ ਸਾਨੂੰ ਪਤਾ ਕਾਂਗਰਸ ਪਾਰਟੀ ਪਿਛਲੇ ਟਾਈਮ 'ਚ ਰਹੀ ਆ, ਅਤੇ ਅਕਾਲੀਆਂ ਦੇ ਵਿੱਚ ਉਹਦੇ 'ਚ ਵੀ ਇਹ ਵੀ ਗੁਨਾਹਗਾਰ ਮੈਂ ਕਿ ਸਭ ਤੋਂ ਵੱਡੇ ਲੋਕ ਮੰਨਦੇ ਆ, ਇਸ ਕਰਕੇ ਮੁੱਦੇ ਨਦਾਰਦ ਨੇ। ਤਾਂ ਹੁਣ ਥਾਪੀ ਦਾ ਤਾਂ ਮਰੂ ਨਾ ਬੰਦੇ ਦੇ ਅੰਦਰ ਜਾਣ ਹੋਊ,
ਜਾਣ ਤਾਂ ਅੱਜ ਕਿਸੇ 'ਚ ਨਹੀਂ, ਕਿਸੇ ਪੋਲੀਟੀਕਲ ਪਾਰਟੀ 'ਚ ਨਹੀਂ, ਨਾ ਕਾਂਗਰਸ 'ਚ, ਨਾ ਅਕਾਲੀਆਂ 'ਚ, ਨਾ ਆਮ ਆਦਮੀ ਵਾਲਿਆਂ 'ਚ। ਹੁਣ ਮਸਲਾ ਤਾਂ ਸਿਰਫ ਇਹ ਆ ਵੀ ਠੋਰਾ ਠਾਰੀ ਆ ਲੋਕਾਂ ਦੇ ਵਿੱਚ, ਨਾ ਤਾਂ ਉਤਸ਼ਾਹ ਹੈਗਾ, ਠੀਕ ਹੈ ਨਾ। ਉਤਸ਼ਾਹ ਨਾ ਹੋਣ ਦਾ ਕਾਰਨ ਹੀ ਇਹ ਆ ਕਿ ਲੋਕਾਂ ਦਾ ਮੋਹੀ ਭੰਗ ਹੋ ਗਿਆ ਸਿਆਸਤ ਤੋਂ। ਤਾਂ ਜਿੰਨਾ ਕੁ ਮੈਂ ਕਿ ਲੋਕਾਂ ਦੇ ਵਿੱਚ ਹੈਗਾ ਜਿਹੜੇ ਕੁਛ ਮੈਂ ਕੀ ਆ ਆਪਾਂ ਪਾਰਟੀਆਂ ਦੇ ਮਗਰ ਜਿਹੜੇ ਲੋਕ ਚੱਲਦੇ ਨੇ, ਉਹਨਾਂ ਲੋਕਾਂ ਨੂੰ ਦੇਖ ਕੇ ਜੇ ਅਸੀਂ ਦੇਖੀਏ ਪਿਛਲੇ ਟਾਈਮ 'ਚ ਇਤਿਹਾਸ ਕੋਈ ਮੈਟਰ ਨਹੀਂ ਕਰਦਾ, ਕਿਉਂਕਿ ਮੁੱਢ ਤੋਂ ਅਸੀਂ ਦੇਖਦੇ ਹਾਂ ਕਿ ਸੀਟ ਦੇ ਉੱਤੇ ਅਕਾਲੀ ਦਲ ਕਾਬਜ਼ ਰਿਹਾ। ਬਠਿੰਡੇ ਸੀਟ ਦੀ ਆਪਾਂ ਗੱਲ ਕਰੀਏ, ਠੀਕ ਹੈ, 2009 ਦੇ ਵਿੱਚ ਵੀ, 14 ਦੇ ਵਿੱਚ ਵੀ, ਉਦੋਂ ਬਾਅਦ 19 ਦੇ ਵਿੱਚ ਵੀ। ਪਰ ਮੈਂ ਕਹਿੰਦਾ ਵੀ ਤਿੰਨੇ ਫੇਜ਼ਾਂ ਦੇ ਵਿੱਚ ਮੈਂ ਕਿ ਇਹਨਾਂ ਨੇ ਜਿਹੜੇ ਵੋਟ ਬੈਂਕ ਨੂੰ ਵਰਤਿਆ ਸੀ, ਅੱਜ ਵੋਟ ਬੈਂਕ ਸਾਰਾ ਅਕਾਲੀ ਦਲ ਤੋਂ ਕਿਤੇ ਨਾ ਕਿਤੇ ਲਾਂਭੇ ਹੋ ਗਿਆ। 9 ਦੇ ਵਿੱਚ ਇਹਨਾਂ ਨੇ ਕੀ ਆ, 2007 ਦੇ ਵਿੱਚ ਸਰਸੇ ਵਾਲਾ ਦਾ ਜਿਹੜਾ ਮੈਂ ਕਿ ਉਹ ਸਵਾਂਗ ਧਾਰਿਆ ਸੀ, ਉਹਨੂੰ ਮਾਫ਼ੀ ਦਿੱਤੀ ਜਾਂਦੀ ਹੈ 9 ਵਾਲੀ ਵੋਟ ਲੈਣ ਵਾਸਤੇ। ਉਸ ਤੋਂ ਬਾਅਦ ਜਿਵੇਂ 14 ਆਉਂਦਾ ਅਤੇ 19 ਆਉਂਦਾ, ਅੱਜ ਕੀ ਉਹ ਸਾਰਾ ਵੋਟ ਬੈਂਕ ਜਿਹੜਾ ਨਾਲ ਸੀ ਉਹ ਸਾਰਾ ਖਿੰਡ ਗਿਆ ਬਾਦਲ ਕਾ। ਉਸ ਤੋਂ ਬਾਅਦ ਬਾਦਲ ਕਿਆ ਨਾਲ ਕੀ ਇੱਕ ਧਿਰ ਹੁੰਦੀ ਸੀ, ਆਪਾਂ ਗੱਲ ਕਰਦੇ ਹਾਂ ਆਪਣਾ ਬੀਜੇਪੀ, ਹੁਣ ਬੀਜੇਪੀ ਵੀ ਕਿਤੇ ਨਾ ਕਿਤੇ ਕੀ ਇਹਨਾਂ ਦਾ ਸਾਥ ਛੱਡ ਗਈ, ਕਿਉਂਕਿ ਜਿਵੇਂ ਡੁੱਬਦੀ ਬੇੜੀ 'ਚੋਂ ਸਾਰੇ ਉੱਤਰ ਜਾਂਦੇ ਆ, ਇਹਨਾਂ ਨਾਲ ਉਹ ਹਾਲਾਤ ਹੋਏ ਆ। ਅਤੇ ਉਸ ਤੋਂ ਬਾਅਦ ਇਹ ਫੈਕਟਰ ਵੀ ਜਿਹੜਾ ਹੈਗਾ ਲਗਭਗ ਜਿਹੜੀ ਮੈਂ ਕਿ ਰਲ ਕੇ ਮੈਂ ਕਿ ਇਹਨਾਂ ਦੀ ਅਲਾਈਂਸ ਸੀਗਾ ਉਹ ਟੁੱਟ ਗਿਆ, ਤਾਂ ਮਹਾਜਨ ਵੋਟ ਜਿਹੜੀ ਹੈਗੀ ਆ ਕੁਛ ਰਾਮ ਮੰਦਿਰ ਦੀ ਜਿਹੜੀ ਅੱਜ ਵੇਟ 'ਚ ਵੱਧ ਮਿਲਣੀ ਸੀ ਉਹ ਇਹਨਾਂ ਤੋਂ ਲਾਂਭੇ ਹੋ ਗਿਆ। ਅਤੇ ਪਿਛਲੇ ਦਿਨਾਂ 'ਚ ਕੱਲ੍ਹ ਦੀ ਗੱਲ ਕਰੀਏ, ਸਿਕੰਦਰ ਸਿੰਘ ਮਲੂਕਾ ਵੀ ਇੱਕ ਬਿਆਨ ਦਿੰਦਾ, ਜਿਹੜੇ ਬਿਆਨ ਦੇ ਮਾਇਨੇ ਕੀ ਆ ਕੱਢੇ ਜਾ ਰਹੇ ਆ ਡਾਇਰੈਕਟ ਰੂਪ ਦੇ ਵਿੱਚ, ਉਹ ਮੋਦੀ ਦੀ ਸਪੋਰਟ ਕਰਨ ਵਾਸਤੇ ਆਪਦੀ ਸਮਝ ਲਓ ਵੀ ਨੂੰਹ ਨੂੰ ਸਪੋਰਟ ਕਰ ਰਹੇ ਆ, ਤਾਂ ਅੱਜ ਕੀ ਆ ਉਹਨਾਂ ਦੀ ਹਾਲਤ ਵੀ ਪਤਲੀ ਆ। ਦੂਜੇ ਪਾਸੇ ਅਸੀਂ ਗੱਲ ਕਰੀਏ ਆਮ ਆਦਮੀ ਪਾਰਟੀ ਦੀ, ਲੋਕ ਉਹਨਾਂ ਤੋਂ ਵੀ ਖੁਸ਼ ਹੈ ਨਹੀਂ। ਜੇ ਅਸੀਂ ਹਾਲਾਤ ਦੇਖ ਲੈਂਦੇ ਹਾਂ ਤਾਂ ਹਾਲਾਤ ਮੈਂ ਕਹਿੰਦਾ ਵੀ ਇੱਕ ਸ਼ਰੀਫ ਪਰਿਵਾਰ ਕਰਕੇ ਅੱਜ ਕੀ ਆ ਫਾਈਟ ਦੇ ਵਿੱਚ ਹੈਗੇ ਆ, ਪਰ ਜੇ ਅਸੀਂ ਦੇਖੀਏ ਗੁਰਮੀਤ ਸਿੰਘ ਖੁੱਡੀਆਂ ਤੋਂ ਲਾਂਭੇ ਕਰਕੇ ਕੋਈ ਹੋਰ ਚਿਹਰਾ ਜਿੱਥੇ ਦਿੱਤਾ ਜਾਂਦਾ, ਮੇਰੇ ਖਿਆਲ 'ਚ ਅੱਜ ਫਾਈਟ 'ਚ ਇਹਨਾਂ ਨੇ ਹੋਣਾ ਨਹੀਂ ਸੀ। ਅੱਜ ਬਠਿੰਡੇ 'ਚ ਫਾਈਟ ਜਿਹੜੀ ਮੰਨੀ ਜਾ ਰਹੀ ਆ, ਵੈਸੇ ਤਿੰਨਾਂ ਧਿਰਾਂ ਦੀ ਫਾਈਟ ਆ, ਠੀਕ ਹੈ ਨਾ। ਲੋਕ ਕਾਂਗਰਸ ਨੂੰ ਪਹਿਲਾਂ ਘੱਟ ਆਂਕਦੇ ਸੀ, ਠੀਕ ਹੈ ਨਾ, ਕਹਿੰਦੇ ਜੀ ਰਾਜਾ ਬਡਿੰਗ ਸਟਰੋਂਗ ਕੈਂਡੀਡੇਟ ਸੀ, ਜੀਤਮਿੰਦਰ ਆਏ ਆ ਜੀ, ਪਰ ਅੱਜ ਜੀਤਮਿੰਦਰ ਵੀ ਕਿਤੇ ਨਾ ਕਿਤੇ ਆਪਦੇ ਵਰਕ ਦੇ ਸਿਰ 'ਤੇ ਲਾ ਲਓ, ਠੀਕ ਹੈ ਨਾ, ਉਹ ਵੀ ਫਾਈਟ 'ਚ ਆ ਚੁੱਕਿਆ। ਪਰ ਕਿਉਂਕਿ ਮੈਂ ਕਹਿੰਦਾ ਵੀ ਇੱਕ ਕਾਡਰ ਵੋਟ ਹੁੰਦੀ ਆ, ਉਹ ਕਾਡਰ ਦੀ ਵੋਟ ਦੋਨਾਂ ਧਿਰਾਂ ਕੋਲੇ ਹੈਗੀ, ਅਕਾਲੀਆਂ ਕੋਲੇ ਵੀ ਆ, ਕਾਂਗਰਸ ਕੋਲੇ ਵੀ ਆ, ਆਪ ਕੋਲੇ ਕੇਡਰ ਵੋਟ ਹੈ ਨਹੀਂ, ਨਾ ਹੀ ਉਹਨਾਂ ਤੋਂ 2 ਸਾਲਾਂ 'ਚ ਤਿਆਰ ਹੋਇਆ। ਤਾਂ ਪਰ ਸਿਰਫ ਇੱਕ ਵੇਵ ਹੈਗੀ ਜਿਹੜੀ ਭਗਵੰਤ ਮਾਨ ਨਾਲ ਜੁੜੀ ਹੋਈ ਆ, ਉਹ ਵੇਵ ਅਜੇ ਵੀ ਉੱਨੀ ਮਨਫੀ ਨਹੀਂ ਹੋਈ। ਲੋਕ ਅੱਜ ਕੀ ਆ ਭਗਵੰਤ ਮਾਨ ਤੋਂ ਵੀ ਕੁਛ ਲੋਕ ਇੰਟਲੈਕਚੁਅਲ ਲੋਕ ਨਾਰਾਜ਼ ਹੋ ਸਕਦੇ ਆ, ਪਰ ਜਿਹੜੇ ਕੀ ਆ ਲੋਕ ਚੱਕ ਲਓ ਧਰ ਲਓ ਵਾਲੀ ਗੱਲਾਂ ਸੁਣ ਕੇ ਰਾਜ਼ੀ ਹੁੰਦੇ ਆ, ਠੀਕ ਹੈ ਨਾ, ਉਹ ਲੋਕ ਅੱਜ ਵੀ ਕਿਤੇ ਨਾ ਕਿਤੇ ਪਿੰਡਾਂ 'ਚ ਅਸੀਂ ਦੇਖਦੇ ਹਾਂ ਉਹ ਭਗਵੰਤ ਮਾਨ ਨੂੰ ਅੱਜ ਵੀ ਲਾਈਕ ਕਰਦੇ ਆ। ਅੱਜ ਥਾਪੀਆਂ ਮਾਰਦਾ ਇਕੱਲਾ ਭਗਵੰਤ ਮਾਨ ਹੀ ਦਿੰਦਾ, ਉਹਨਾਂ ਦੇ ਗੇਟ ਮੂਹਰੇ ਵੀ ਜਾ ਕੇ ਥਾਪੀਆਂ ਮਾਰਦਾ, ਹੋਰ ਥਾਂ ਜਾ ਕੇ ਵੀ ਕੀ ਆ ਬੜਕਾ ਮਾਰਦੇ ਆ, ਕਿਉਂਕਿ ਬੜਕਾ ਮਾਰਨਾ ਮੈਂ ਪਹਿਲਾਂ ਵੀ ਕਹਿਣਾ ਹੁੰਦਾ ਕਿ ਉਹਨਾਂ ਨੂੰ ਮਾਰਨੀ ਆਉਂਦੀ ਆ, ਪਰ ਮੈਂ ਕਹਿੰਦਾ ਵੀ ਬੜਕ ਮਾਰਨ ਜੋਗੇ ਮੈਂ ਤਿੰਨਾਂ ਨੂੰ ਨਹੀਂ ਮੰਨਦਾ, ਕਿਉਂਕਿ ਕੀ ਆ ਕਿਤੇ ਨਾ ਕਿਤੇ ਲੋਕਾਂ ਦੇ ਜਿਹੜੇ ਢਿੱਡ ਨਾਲ ਜੁੜੇ ਮੁੱਦੇ ਆ, ਲੋਕਾਂ ਦੇ ਇਸ਼ਟ ਨਾਲ ਜੁੜੇ ਮੁੱਦੇ ਆ, ਰਿਲੀਜੀਅਸ ਮੈਟਰ ਆ ਸਾਡੇ, ਮੰਨ ਲਓ ਸੋਸ਼ਲ ਜਿਹੜੇ ਮਸਲੇ ਸੀ, ਬੇਰੁਜ਼ਗਾਰੀ ਲਾ ਲਓ, ਹੋਰ ਚੀਜ਼ਾਂ ਲਾ ਲਓ, ਇਹਨਾਂ ਸਾਰਿਆਂ ਦੇ ਉੱਤੇ ਮੈਂ ਕਹਿੰਦਾ ਵੀ ਲੋਕਾਂ ਦੀ ਅਜੇ ਸੰਤੁਸ਼ਟੀ ਨਹੀਂ। ਤਾਂ ਲੋਕ ਕਿਤੇ ਨਾ ਕਿਤੇ ਮੇਰੇ ਖਿਆਲ 'ਚ ਤਾਂ ਪਹਿਲੀ ਗੱਲ ਤਾਂ ਬਠਿੰਡੇ ਜ਼ਿਲ੍ਹੇ ਦੀ ਵੋਟਿੰਗ ਪਰਸੈਂਟੇਜ ਬਹੁਤ ਘੱਟ ਰਹਿਣੀ ਆ, ਜਿਹੜਾ ਉੱਪਰਲਾ ਮਾ ਕੇ ਮਾਰਜਨ ਹੁੰਦਾ ਵੱਧ ਵੋਟ ਪਾਉਣ ਜਾਂ ਲੋਕ ਉਤਸ਼ਾਹਿਤ ਹੋ ਕੇ ਜਾਂਦੇ ਆ, ਉਹ ਵੋਟ ਉਹਨੂੰ ਪੈਂਦੀ ਹੁੰਦੀ ਆ, ਠੀਕ ਆ। ਉਹ ਜ਼ਿਆਦਾਤਰ ਹਰਾਉਣ ਵਾਲੀ ਵੋਟ ਹੁੰਦੀ ਆ, ਉਹ ਹਰਾਉਣ ਵਾਲੀ ਵੋਟ ਕਿਸੇ ਨੂੰ ਨਹੀਂ ਪੈਣੀ। ਤਾਂ ਹੁਣ ਸਿਰਫ ਕੀ ਇਹ ਆ ਵੀ ਜਿੰਨਾਂ ਜਿੰਨੇ ਲੋਕ ਆਪਦੇ ਨਾਲ ਦੇ ਲੇਸ ਵਾਲੇ ਲੋਕਾਂ ਨੂੰ ਲੈ ਜਾਣਗੇ, ਬਹੁਤਾ ਉਤਸ਼ਾਹ ਨਾਲ ਵੋਟ ਪੈਣੀ ਕੋਈ ਨਹੀਂ। ਬਾਦਲ ਕੇ ਜੇ ਤਾਂ ਮੁੱਲ ਵੋਟ ਲੈਂਦੇ ਆ, ਨਸ਼ਾ ਵਰਤਾਉਂਦੇ ਆ, ਵਰਤਾਉਣਗੇ ਸਾਰੇ, ਬੇਸ਼ੱਕ ਕੀ ਆਪਦੇ ਆਪ ਨੂੰ ਪੰਥਕ ਧਿਰ ਕਹਿੰਦੇ ਆ, ਪਰ ਪੰਥਕ ਧਿਰ ਇੱਥੇ ਕਰੂ ਸਾਰਾ ਕੁਛ, ਠੀਕ ਹੈ ਨਾ। ਹੁਣ ਪੰਥਕ ਧਿਰ ਕੋਲੇ ਮੁੱਦਾ ਕੋਈ ਹੈ ਨਹੀਂ, ਜਿਹੜੇ ਮੁੱਦੇ 'ਤੇ ਗੱਲ ਕਰਦੇ ਆ ਅੱਗੋਂ ਕੀ ਆ ਆਪਦੀ ਗੱਲ, ਜਿਹੜੇ ਪੁਰਾਣੇ ਬਿਆਨ ਨੇ, ਬੰਦੀ ਸਿੰਘਾਂ ਦਾ ਮੁੱਦਾ ਲਾ ਲਓ, ਠੀਕ ਹੈ ਨਾ, ਬੇਅਦਬੀ ਦਾ ਮਾ ਕੇ ਇਨਸਾਫ ਲਾ ਲਓ, ਹੋਰ ਜਿਹੜੇ ਆ, ਸਭ ਤੋਂ ਵੱਡੀ ਗੱਲ ਬਈ ਇੱਕ ਡੇਟ ਵਾਲੀ ਕਸੂਤੀ ਆ ਗਈ, 1 ਜੂਨ। 1 ਜੂਨ ਉਹ ਡੇਟ ਆ ਜਿਹੜੀ ਦਿਨ ਡੇਟ ਨੂੰ ਕੀ ਆ ਬੁਰਜ ਜਵਾਰ ਕਿਤੋਂ ਕੀ ਆ ਮਹਾਰਾਜ ਦੇ ਸਰੂਪ ਚੋਰੀ ਹੁੰਦੇ ਆ, ਉਹ ਲੋਕਾਂ ਦੇ ਜਹਿਣ 'ਚ ਹੈਗੇ ਆ। ਬੇਸ਼ੱਕ ਉਹ ਧਿਰ ਕਿਸੇ ਤੋਂ ਹੱਲ ਨਹੀਂ ਹੋਇਆ, ਪਰ ਕਿਤੇ ਨਾ ਕਿਤੇ ਲੋਕ ਉਸ ਮਸਲੇ 'ਚ ਦੋਸ਼ੀ ਪੂਰੀ ਤਰ੍ਹਾਂ ਕੀ ਇਹਨਾਂ ਨੂੰ ਮੰਨਦੇ ਆ। ਤਾਂ ਇਹ ਚੀਜ਼ਾਂ ਲੋਕਾਂ ਦੇ ਜਹਿਣ 'ਚ ਮੇਰੇ ਖਿਆਲ 'ਚ ਕੰਮ ਕਰਨਗੀਆਂ। ਕਾਂਗਰਸ ਨੂੰ ਜੂਨ ਮਹੀਨੇ ਚੜ੍ਹਨ ਦਾ ਕੀ ਆ ਖਮਿਆਜਾ ਭੁਗਤਣਾ ਪਊਗਾ, ਕਿ ਜੂਨ ਦੇ ਵਿੱਚ ਜਿਹੜਾ ਘੱਲੂ ਘਰ ਆ ਸਾਡੇ ਨਾਲ ਹੋਇਆ,
ਉਹ ਸਾਰੇ ਦੀ ਜ਼ਿੰਮੇਵਾਰ ਕਾਂਗਰਸ ਆ, ਲੋਕਾਂ ਨੂੰ ਜਿਹਨ 'ਚ ਉਹ ਚੀਜ਼ਾਂ ਆ ਰਹੀਆਂ ਨੇ ਤਾਂ ਜਿੰਨੇ ਕੁ ਹਾਲਾਤ ਲੱਗਦੇ ਆ ਮੈਨੂੰ ਆਉਣ ਵਾਲੇ ਟਾਈਮ ਦੇ ਵਿੱਚ, ਬਾਕੀ ਹੋਰ ਦੋ ਤਿੰਨ ਦਿਨਾਂ 'ਚ ਬੜੀਆਂ ਚੀਜ਼ਾਂ ਸਪਸ਼ਟ ਹੋਣਗੀਆਂ ਨੇ। ਪਰ ਅੱਜ ਇੱਕ ਤਾਂ ਅਕਾਲੀ ਦਲ ਵਾਸਤੇ ਕਿਤੇ ਨਾ ਕਿਤੇ ਸਾੜ ਸਤੀ ਚੱਲ ਰਹੀ ਆ, ਮਲੂਕੇ ਦਾ ਪਾਸੇ ਹੋਣਾ, ਪਹਿਲਾਂ ਬੀਜੇਪੀ ਨਾਲ ਉਹਨਾਂ ਦਾ ਤੋੜ ਵਿਛੋੜਾ ਹੋਣਾ, ਠੀਕ ਆ, ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਇਹਨਾਂ ਦੇ ਅਗੇਂਸਟ ਜਾ ਰਹੀਆਂ। ਪਰ ਬਾਦਲ ਕਹਿਣਾ ਇੱਕ ਕੀ ਜ਼ਰੂਰ ਕੀਤੀ ਆ, ਪੂਰੇ ਪੰਜਾਬ ਦੇ ਵਿੱਚ ਜਿਹੜੇ ਕੀ ਆ ਇੱਕ ਮੈਂ ਕਹਿੰਦਾ ਵੀ ਕੈਂਡੀਡੇਟ ਜਿੰਨੇ ਦਿੱਤੇ ਗਏ ਖੜੇ ਕੀਤੇ ਗਏ ਆ ਸਾਰੇ ਲਗਭਗ ਮੈਂ ਕਹਿੰਦਾ ਚੰਗੇ ਕੈਂਡੀਡੇਟ ਸੀ ਇਹਨਾਂ ਕੋਲ, ਉੱਥੇ ਕੀ ਆ ਨਾ ਜਾਣ ਮੈਂ ਕਿ ਉਹ ਕਰ ਕੰਡੀਸ਼ਨ ਦੇ ਵਿੱਚ ਇਹਨਾਂ ਨੇ ਕੀ ਆ, ਜਿਵੇਂ ਆਪਾਂ ਦੇਖਦੇ ਹਾਂ ਸੰਗਰੂਰ ਤੋਂ ਇਹਨਾਂ ਕੋਲ ਬੜਾ ਸਟਰੋਂਗ ਕੈਂਡੀਡੇਟ ਸੀ, ਢੀਂਡਸਾ ਪਰਿਵਾਰ ਸੀ, ਠੀਕ ਹੈ ਨਾ, ਮੈਂ ਕਹਿੰਦਾ ਬਿਕਰਮ ਮਜੀਠੀਆ ਨਹੀਂ ਲੜ ਰਿਹਾ। ਉਹਦੇ ਮੁਕਾਬਲੇ ਇੱਕ ਪਾਸੇ ਆਮ ਆਦਮੀ ਪਾਰਟੀ ਨੇ ਕੀ ਕੀਤਾ, ਜਿਹੜੇ ਇਹਨਾਂ ਕੋਲ ਬਾਈ ਜੀ ਸਭ ਤੋਂ ਟੌਪ ਦੇ ਮਾਕੇ ਬੰਦੇ ਆ ਉਹਨਾਂ ਸਾਰਿਆਂ ਨੂੰ ਮੁਕਾਬਲੇ ਦੇ ਵਿੱਚ ਉਤਾਰਤਾ, ਤਾਂ ਇਹ ਚੀਜ਼ ਦਾ ਬੈਨੀਫਿਟ ਇਹਨਾਂ ਨੂੰ ਹੋਣਾ। ਤਾਂ ਇਹ ਚੀਜ਼ ਆ ਵੀ ਫਾਈਟ ਬਣੀ ਹੋਈ ਆ ਬਠਿੰਡਾ ਸੀਟ 'ਤੇ ਮੇਰੇ ਖਿਆਲ 'ਚ ਗੁਰਮੀਤ ਸਿੰਘ ਖੁੱਡੀਆਂ ਦੀ, ਠੀਕ ਹੈ, ਉਹਨਾਂ ਦੇ ਕਿਰਦਾਰ ਨੂੰ ਲੋਕ ਮੈਂ ਕਿ ਲਾਈਕ ਵੀ ਕਰਦੇ ਆ, ਪਿਛੋਕੜ ਹੈਗਾ, ਇੱਕ ਲੈਗਸੀ ਆ ਉਹਨਾਂ ਕੋਲ ਬੜੀ ਜ਼ਬਰਦਸਤ ਲੈਗਸੀ ਆ, ਉਸੇ ਲੈਗਸੀ ਨੂੰ ਲੈ ਕੇ ਤਾਂ ਅੱਜ ਫਰੀਦਕੋਟ ਦੇ ਸਮੀਕਰਨ ਬਦਲ ਗਏ। ਤਾਂ ਉਹ ਕੀ ਆ ਇੱਕ ਜਿਹੜੇ ਲੋਕਾਂ ਦੇ ਵਿੱਚ ਸ਼ਹੀਦੀ ਦਾ ਕਣੀ ਪਾਈ ਜਾਂਦੀ ਉਹ ਇਹਨਾਂ ਦੇ ਖਾਨਦਾਨ 'ਚ ਮਾਗੇ ਪਾਈ ਜਾਂਦੀ ਆ, ਉਹ ਚੀਜ਼ ਨੂੰ ਇਹਨਾਂ ਨੇ ਲਗਭਗ ਪਿਛਲੇ ਟਾਈਮ ਤੋਂ ਜਾਰੀ ਵੀ ਰੱਖਿਆ, ਉਹਦੇ ਕਰਕੇ ਇਹਨਾਂ ਨੂੰ ਉਹਦਾ ਬੈਨੀਫਿਟ ਥੋੜ੍ਹਾ ਮੋਟਾ ਹੋਣਾ। ਪਰ ਐਂ ਵੀ ਸਾਰੀਆਂ ਧਿਰਾਂ 'ਚ ਕੀ ਆ ਕੰਪੀਟੀਸ਼ਨ 'ਚ ਵੈਸੇ ਡਾਵਾਡੋਲ ਸਥਿਤੀ ਆ, ਪਰ ਮੁਕਾਬਲਾ ਮੇਰੇ ਮੁਤਾਬਕ ਜਿਹੜਾ ਲੋਕਾਂ 'ਚ ਵਿਚਰਦੇ ਆ ਮੁਕਾਬਲਾ ਅਖੀਰ ਨੂੰ ਆਮ ਆਦਮੀ ਪਾਰਟੀ ਦਾ ਅਤੇ ਅਕਾਲੀਆਂ ਦਾ ਹੋਣਾ। ਪਰ ਇੱਕ ਚੀਜ਼ ਹੋਰ ਆ, ਜੀਤਮਿੰਦਰ ਸਿੰਘ ਸਿੱਧੂ ਜਿਹੜੇ ਗੱਲ ਹੋਰ ਰੱਖਦੇ ਨੇ ਕਿ ਆਕਾਸ਼ ਸ਼੍ਰੋਮਣੀ ਅਕਾਲੀ ਦਲ 'ਤੇ ਬੜੇ ਵੱਡੇ ਇਲਜ਼ਾਮ ਜਿਹੜੇ ਲਾਉਂਦੇ ਨੇ, ਆਮ ਆਦਮੀ ਪਾਰਟੀ ਦੇ ਬੜੇ ਵੱਡੇ ਇਲਜ਼ਾਮ ਲਾਉਂਦੇ ਨੇ, ਉਹ ਕਹਿੰਦੇ ਨੇ ਕਿ ਕੋਈ ਮੇਰੇ ਤੁਸੀਂ ਦਾਗ ਤਾਂ ਲੱਭ ਕੇ ਦਿਖਾਓ ਜਿਹੜਾ ਮੈਂ ਕੁਝ ਕੀਤਾ ਹੋਵੇ। ਉਹ ਕਹਿੰਦੇ ਨੇ ਕਿ ਜਿਹੜੀ ਤਰੱਕੀ ਮੈਨੂੰ ਇੱਕ ਵਾਰੀ MP ਬਣਾ ਕੇ ਤੁਸੀਂ ਭੇਜੋ, ਪਾਰਲੀਮੈਂਟ ਦੇ ਵਿੱਚ ਭੇਜੋ, ਜਿਹੜੀ ਤਰੱਕੀ ਇੱਥੇ ਮੈਂ ਕਰਨੀ ਆ, ਮੈਂ ਲੈ ਕੇ ਆ ਸਕਦਾ, ਉਹ ਤਰੱਕੀ ਵੱਖਰੀ ਹੀ ਹੋਊਗੀ। ਮੈਂ ਪੂਰੀ ਕਿਉਂਕਿ ਮੈਂ ਬਠਿੰਡੇ ਦੇ ਵਿੱਚ ਰਹਿੰਦਾ ਹਾਂ, ਜਦੋਂ ਮਰਜ਼ੀ ਤੁਸੀਂ ਮੇਰੀ ਬਾਂਹ ਫੜ ਕੇ ਜਿਹੜਾ ਹੈਗਾ ਮੈਨੂੰ ਜਿੱਥੇ ਮਰਜ਼ੀ ਕੰਮ ਲੈ ਲਿਆ ਕਰੋ। ਤੁਹਾਨੂੰ ਕੀ ਲੱਗਦਾ ਜੀਤਮਿੰਦਰ ਸਿੱਧੂ ਵਾਲਾ ਫੈਕਟਰ ਜਿਹੜਾ ਹੈਗਾ ਉਹ ਕੰਮ ਕਰੂਗਾ ਜਾਂ ਫਿਰ ਗੇਮ ਦੇ ਵਿੱਚੋਂ ਹੀ ਬਾਹਰ ਆ? ਨਹੀਂ, ਗੇਮ ਦੇ ਵਿੱਚੋਂ ਬਾਹਰ ਤਾਂ ਨਹੀਂ ਕਹਿ ਸਕਦੇ ਬਾਈ, ਕਿ ਜਿਹੜੀ ਮੈਂ ਕਿ ਕਾਂਗਰਸ ਦੀ ਹਰ ਹਲਕੇ 'ਚ ਕੇਡਰ ਵੋਟ ਆ, ਮੈਂ ਵੈਸੇ ਨੇ ਪਿਛਲਾ ਡਾਟਾ ਚੱਕੀਏ ਨਾ ਆਪਾਂ, 48% ਵੋਟ ਜਿੱਤਣ ਵਾਲੇ ਨੂੰ ਪੈਂਦੀ ਆ, 47% ਵੋਟ ਸੈਕਿੰਡ ਮੈਂ ਕੰਟੈਂਡਰ ਪਿਛਲੀ ਵਾਰ ਰਾਜਾ ਪੜਿੰਗ ਰਿਹਾ ਉਹਨੂੰ ਪੈਂਦੀ ਆ। ਉਦੋਂ ਪਹਿਲਾਂ ਜਿਹੜੀ ਮੈਂ ਕਿ ਰੇਸ਼ੋ ਸੀਗੀ ਉਹ ਸੀਗੀ 41-39 ਦੀ, 41% ਵੋਟ ਕੀ ਆ ਉਦੋਂ ਵੀ ਹਰਸਿਮਰਤ ਨੂੰ ਪੈਂਦੀ ਆ, ਅਤੇ 39% ਵੋਟ ਮਨਪ੍ਰੀਤ ਬਾਦਲ ਨੂੰ ਪੈਂਦੀ ਆ। ਤਾਂ ਜਿਹੜਾ ਰੇਸ਼ੋ ਬੜੀ ਥੋੜ੍ਹੀ ਹੈ ਨਾ ਆਪਸ ਵਿੱਚ ਮੁਕਾਬਲੇ ਦੀ, ਪਰ ਉਦੋਂ ਉਹਨਾਂ ਕੋਲ ਫੈਕਟਰ ਜਿਹੜੇ ਸੀਗੇ ਬੀਜੇਪੀ ਦਾ ਪਲੱਸ ਪੁਆਇੰਟ ਸੀ, ਹੋਰ ਬੜਾ ਕੁਛ ਸੀ। ਅੱਜ ਸੈਂਟਰ 'ਚ ਸਨਾਰੀਓ ਚੇਂਜ ਹੋਇਆ, ਕਾਂਗਰਸ ਨੂੰ ਉਹਦਾ ਬੈਨੀਫਿਟ ਜ਼ਰੂਰ ਮਿਲਣਾ, ਕਿਉਂਕਿ ਅੱਜ ਅਲਾਇੰਸ ਦੀ ਸਰਕਾਰ ਲੋਕਾਂ ਨੂੰ ਲੱਗ ਰਿਹਾ ਪਰਸੈਪਸ਼ਨ ਬਣੀ ਆ ਵੀ ਸ਼ਾਇਦ ਉਹ ਆ ਜੇ, ਉਹਦਾ ਬੈਨੀਫਿਟ ਮੈਂ ਕਿ ਜੀਤਮਿੰਦਰ ਸਿੰਘ ਸਿੱਧੂ ਨੂੰ ਹੋ ਸਕਦਾ। ਪਰ ਮੈਂ ਕਹਿੰਦਾ ਵੀ ਉਹ ਸਾਰਾ ਕੁਛ ਨੂੰ ਵੀ ਜੇ ਆਪਾਂ ਸਾਰਾ ਕੁਛ ਸੋਚ ਕੇ ਚੱਲ ਗਏ, ਠੀਕ ਹੈ ਨਾ, ਜੀਤਮਿੰਦਰ ਮਾੜਾ ਕੈਂਡੀਡੇਟ ਨਹੀਂ ਮੈਂ ਕਹਿੰਦਾ, ਜਿਵੇਂ ਲੋਕਾਂ ਨੇ ਪਹਿਲਾਂ ਕੀ ਆ ਕਰਤਾ ਸੀ ਮਾੜਾ ਕੈਂਡੀਡੇਟ ਦਾ ਜੀ ਮੁਕਾਬਲੇ 'ਚ ਹੈ, ਪਰ ਆ ਪਿਛਲੇ ਟਾਈਮ 'ਚ ਹਫ਼ਤੇ ਦੇ ਵਿੱਚ ਅਸੀਂ ਦੇਖਦੇ ਹਾਂ ਤਾਂ ਜਿਹੜੀ ਮੈਂ ਕਿ ਗੇਮ ਆ ਕਿ ਲੋਕਾਂ 'ਚ ਪਰਸੈਪਸ਼ਨ ਇੱਕ ਬਣ ਚੁੱਕੀ ਆ ਹੁਣ ਵੀ ਮੁਕਾਬਲਾ ਇਹਨਾਂ ਦੋਨਾਂ ਦੇ ਵਿੱਚ ਹੋਣਾ, ਉਹ ਦੋਨਾਂ 'ਚ ਮੁਕਾਬਲੇ ਦੀ ਮੈਂ ਕਿ ਕਾਰਨ ਇਹੀ ਆ, ਇੱਕ ਤਾਂ ਸਟੇਟ ਦੇ ਵਿੱਚ ਸਰਕਾਰ ਉਹਨਾਂ ਦੀ ਹੈਗੀ ਆ, ਦੂਜੇ ਪਾਸੇ ਅਕਾਲੀ ਦਲ ਨੇ ਸਾਰੀ ਸਮਰੱਥਾ ਨਾਲ, ਜਿਵੇਂ ਆਪਾਂ ਕਹਿੰਦੇ ਵੀ ਵੈਂਟੀਲੇਟਰ 'ਤੇ ਹੁੰਦਾ ਜਦੋਂ ਬੰਦਾ, ਜਦੋਂ ਬੰਦਾ ਬਈ ਸਭ ਤੋਂ ਵੱਧ ਜ਼ੋਰ ਉਦੋਂ ਲਾਉਂਦਾ ਜਦੋਂ ਕੀ ਆ ਮੈਂ ਕਹਿੰਦਾ ਡਰ ਹੁੰਦਾ, ਠੀਕ ਹੈ ਨਾ, ਉਦੋਂ ਬੰਦੇ 'ਚ ਜਾਣ ਕਹਿੰਦੇ 10 ਗੁਣੀ ਜਾਣ ਹੁੰਦੀ ਆ। ਅੱਜ ਕੀ ਆ ਵੈਂਟੀਲੇਟਰ 'ਤੇ ਲੱਗੇ ਹੋਏ ਆ ਇਹ, ਤਾਂ ਅੱਜ ਇਹਨਾਂ ਨੇ ਕੀ ਆ ਸਾਰੇ ਕਿਸੇ ਨੂੰ ਤਿਲਾਂਜਲੀ ਦੇ ਕੇ, ਮੈਂ ਕਹਿੰਦਾ ਵੀ ਹਰ ਹਰਬਾ ਜਰਬਾ ਅਕਾਲੀ ਦਲ ਲਾਊਗਾ, ਆਪਾਂ ਨੂੰ ਸਾਰਿਆਂ ਨੂੰ ਬਿਹਤਰ ਪਤਾ। ਦੇਖੋ ਵੋਟ ਸਾਡੇ 'ਚ ਬਕਾਊ ਵੋਟ ਵੀ ਲੋਕਾਂ ਦੀ ਹੈਗੀ ਆ, ਲੋਕ ਮੁੱਲ ਵੀ ਵਿਕਣਗੇ, ਲੋਕ ਸ਼ਰਾਬ ਵੀ ਲੈਣਗੇ। ਹੁਣ ਇਹ ਦੇਖੋ ਵੀ ਪਿਛਲੀ ਵਾਰ ਤਾਂ ਉਹ ਮੈਂ ਕਿ ਭਗਵੰਤ ਮਾਨ ਦਾ ਉਹ ਚੱਲ ਗਿਆ ਸੀ ਸਿਸਟਮ, ਉਹਨੇ ਕਹਿ ਤਾ ਸੀ ਪੈਸੇ ਲੈ ਲਿਓ ਵੋਟ ਨਾ ਪਾਇਓ, ਲੋਕਾਂ ਨੇ ਕੀਤਾ ਵੀ ਉਵੇਂ। ਪਰ ਐਤਕੀ ਮੈਂ ਕਹਿੰਦਾ ਵੀ ਕਿਤੇ ਨਾ ਕਿਤੇ ਲੋਕਾਂ ਦਾ ਉਵੇਂ ਉਹਨਾਂ ਨੇ ਕਹਿੰਦੀ ਝੁਕਾ ਨਹੀਂ ਹੈਗਾ, ਅਸੀਂ ਗੱਲ ਕਰੀਏ, ਪਰ ਫਿਰ ਵੀ ਇੱਕ ਸਾਫ਼ ਸ਼ਖਸੀਅਤ ਕਰਕੇ ਜਿੰਨੀ ਕੁ ਵੋਟ ਪੈਣੀ ਆ ਉਹ ਵੋਟ ਪੈ ਜਾਣੀ ਆ। ਬਾਦਲ ਕੇ ਮੇਰੇ ਖਿਆਲ 'ਚ ਐਂਡ ਤੱਕ ਆਪਦਾ ਸਾਰਾ ਜ਼ੋਰ ਲਾ ਕੇ ਪੂਰੇ ਹਲਕਿਆਂ 'ਚੋਂ ਲਾ ਲਓ, ਵੀ ਅੱਜ ਆਪਾਂ ਮਜੀਠੀਏ ਦੀ ਗੱਲ ਕਰੀਏ ਉਹ ਵੀ ਇੱਥੇ ਹਲਕੇ 'ਚ ਮਾ ਕੇ ਜ਼ੋਰ ਲਾ ਰਿਹਾ, ਬਠਿੰਡੇ ਆ ਚੁੱਕਿਆ, ਹੋਰ ਜਿੰਨੀ ਮਾ ਕੇ ਇਹਨਾਂ ਦੀ ਮੇਨ ਸਟਰੀਮ ਲੀਡਰਸ਼ਿਪ ਆ ਉਹ ਸਾਰੀ ਇੱਥੇ ਜ਼ੋਰ ਲਾ ਰਹੀ ਆ।
ਅਤੇ ਮੈਂ ਕਹਿਣਾ ਵੀ ਕੋਈ ਇਹਨਾਂ ਨੇ ਪਾਸਾ ਛੱਡਣਾ ਨਹੀਂ, ਪੈਸਾ ਐਤਕੀ ਇੰਨਾ ਕੁ ਬਠਿੰਡੇ 'ਚ ਵੰਡਿਆ ਜਾਣਾ, ਸ਼ਰਾਬ ਇੰਨੀ ਕਾਉਣੀ ਆ, ਮੈਂ ਕਹਿੰਦਾ ਵੀ ਜਿਹਦਾ ਦੰਤ ਕੋਈ ਨਹੀਂ ਹੋਣਾ। ਉਹ ਦੋ ਹੀ ਤਰ੍ਹਾਂ ਵੰਡ ਸਕਦੀਆਂ ਨੇ, ਇੱਕ ਕਾਂਗਰਸ ਵੀ ਵੰਡ ਸਕਦੇ, ਜੀਤ ਮਹਿੰਦਰ ਕੀ ਆ ਪੈਸੇ ਦੇ ਵਿੱਚ ਕਿਸੇ ਤੋਂ ਦੱਬਦਾ ਨਹੀਂ, ਅਤੇ ਉਹਦੀ ਸਭ ਤੋਂ ਵੱਡੀ ਨਫ਼ਰਤ ਜਿਹੜੀ ਕਰਦਾ, ਮੇਰੇ ਖਿਆਲ 'ਚ ਤੁਸੀਂ ਵੀ ਸ਼ਾਇਦ ਇੱਕ ਵਾਰ ਤੁਹਾਡੀ ਇੰਟਰਵਿਊ ਕੀਤੀ, ਸਭ ਤੋਂ ਵੱਧ ਨਫ਼ਰਤ ਕਰਨ ਵਾਲਾ ਜਿਹੜਾ ਉਹ ਹਰਸਿਮਰਤ ਨੂੰ ਕਰਦਾ, ਕਿਉਂਕਿ ਉਹਦੇ ਪਿੱਛੇ ਹਲਕੇ ਦੇ ਪਿੱਛੇ ਵੀ ਜਲੀਲ ਕੀਤਾ ਗਿਆ, ਹੋਰ ਬੜਾ ਕੁਛ ਹੋਇਆ। ਮੈਂ ਕਹਿੰਦਾ ਉਹ ਵੀ ਆਪਦਾ ਸਾਰਾ ਜ਼ੋਰ ਲਾਊਗਾ ਮੁੱਲ ਵਾਲੀ ਵੋਟ 'ਤੇ, ਤਾਂ ਮੁੱਲ ਵਾਲੀ ਵੋਟ ਜੇ ਵੰਡੀ ਜਾਂਦੀ ਉਹਦਾ ਬੈਨੀਫਿਟ ਵੀ ਕਿਤੇ ਨਾ ਕਿਤੇ ਖੁੱਡੀਆਂ ਪਰਿਵਾਰ ਨੂੰ ਹੋਣਾ। ਤਾਂ ਇਸ ਕਰਕੇ ਜਿਹੜੇ ਸਮੀਕਰਨ ਹੈਗਾ ਉਹਦੇ ਹਿਸਾਬ ਨਾਲ ਫਾਈਟ 'ਚ ਭਾਵੇਂ ਤਿੰਨੇ ਆ, ਪਰ ਮੇਰੇ ਖਿਆਲ 'ਚ ਅੱਗੇ ਅੱਜ ਪਹਿਲੇ ਅਤੇ ਦੂਜੇ ਨੰਬਰ 'ਤੇ ਗੱਲ ਕਰੀਏ, ਅੱਜ ਦੇ ਦਿਨ ਆਪਾਂ ਖੜ੍ਹੇ, ਅਜੇ 3 ਦਿਨ ਬਾਕੀ ਰਹਿੰਦੇ ਆ, ਬੜਾ ਕੁਛ ਮਾ ਕੇ ਚੇਂਜ ਹੋ ਜਾਂਦਾ ਇੱਕ ਦਿਨ 'ਚ ਹੀ, ਮਾ ਕੇ ਸਮੀਕਰਨ ਬਦਲ ਰਹੇ ਇੱਕ ਦਿਨ ਦੇ ਵਿੱਚ, ਠੀਕ ਹੈ। ਇਸ ਕਰਕੇ ਜਿਹੜੀ ਗੇਮ ਆ ਕਲੋਜ਼ ਫਾਈਟ ਹੈਗੀ ਆ। ਪਰ ਇੱਕ ਚੀਜ਼ ਹੋਰ ਆ, ਜਿਵੇਂ ਹੁਣ ਠੀਕ ਹੈ ਆਪਾਂ ਜੇਕਰ ਕੁੜੀਆਂ ਪਰਿਵਾਰ ਦੀ ਗੱਲ ਕਰੀਏ, ਵੀ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਹੁਣ ਕੁੜੀਆਂ ਪਰਿਵਾਰ ਪਿੰਡਾਂ ਦੇ ਵਿੱਚ ਜਾਂਦਾ ਰਿਹਾ, ਉੱਥੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ। ਪਿਛਲੇ ਦਿਨੀਂ ਮੌੜ ਦੇ ਵਿੱਚ ਭਗਵੰਤ ਸਿੰਘ ਮਾਨ ਆਉਂਦੇ ਨੇ, ਮਾਨਸਾ ਦੇ ਵਿੱਚ ਭਗਵੰਤ ਸਿੰਘ ਮਾਨ ਆਉਂਦੇ ਨੇ, ਉੱਥੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਆ। ਖਾਸ ਗੱਲ ਇਲਜ਼ਾਮ ਉਹਨਾਂ ਦੇ ਐੱਮ ਐੱਲ ਏ ਦੇ ਉੱਪਰ ਲੱਗਦੇ ਨੇ, ਜਿਹੜੇ ਐੱਮ ਐੱਲ ਏ ਦਾ ਵਿਰੋਧ ਹੋ ਰਿਹਾ ਆ। ਕਈ ਹਲਕਿਆਂ ਦੀ ਗੱਲ ਕਰਾਂ, ਬਠਿੰਡਾ ਦਿਹਾਤੀ ਦੀ ਗੱਲ ਕਰ ਲਈਏ, ਮਾਨਸਾ ਦੀ ਗੱਲ ਕਰ ਲਈਏ, ਮੌੜ ਦੀ ਗੱਲ ਕਰ ਲਈਏ, ਜਿੱਥੇ ਜਿੱਥੇ ਵੀ ਐੱਮ ਐੱਲ ਏ ਦਾ ਵਿਰੋਧ ਆ, ਲੱਗਦਾ ਨਹੀਂ ਕਿ ਉਹ ਜਿਹੜੀ ਹੈਗੀ ਆ ਡਿਸਐਡਵਾਂਟੇਜ ਆਮ ਆਦਮੀ ਪਾਰਟੀ ਦੇ ਹਿੱਸੇ ਦੇ ਵਿੱਚ ਉਹ ਚੀਜ਼ ਜਿਹੜੀ ਪਊਗੀ ਕਿ ਉਹ ਵਿਰੋਧ ਕਿਤੇ ਨਾ ਕਿਤੇ ਵੋਟਾਂ ਆਮ ਆਦਮੀ ਪਾਰਟੀ ਦੀਆਂ ਤੋੜੂਗਾ ਜ਼ਰੂਰ। ਇੱਕੋ ਹੀ ਕਾਰਨ ਆ ਬਾਈ ਜਿਹੜਾ ਤੁਸੀਂ ਗੱਲ ਕੀਤੀ ਆ, ਜੈਸੇ ਵੀ ਜੇ ਆਮ ਆਦਮੀ ਪਾਰਟੀ ਹਾਰਦੀ ਆ ਤਾਂ ਇੱਕੋ ਇੱਕ ਫੈਕਟਰ ਆਹੀ ਰਹਿਣਾ ਜਿਹੜਾ ਤੁਸੀਂ ਆਖਿਆ ਵੀ ਲੋਕਲ ਲੀਡਰਸ਼ਿਪ ਆ। ਮੈਂ ਕਹਿੰਦਾ 5 ਪੀਰ ਉਸੇ ਵੇ ਆ ਉਹਨਾਂ ਦੇ, ਟੋਟਲ 9 ਪੀਰ ਨੇ। 5 ਪੀਰ ਕਿਹੜੇ ਕਿਹੜੇ ਆਪਾਂ ਜੇ ਆਪਾਂ ਐੱਨ ਆਰ ਆਈ ਮੈਂ ਕਿਹਾ ਹਲਕੇ ਬਾਈ ਕਰ ਲਈਏ, ਤਲਵੰਡੀ ਦੇ ਸਭ ਉਹਦੇ ਵਿੱਚ ਲੋਕਾਂ ਦੀ ਨਾਰਾਜ਼ਗੀ ਬਹੁਤ ਜ਼ਿਆਦਾ ਆ। ਮੌੜ ਦੇ ਵਿੱਚ ਤੁਸੀਂ ਦੇਖ ਹੀ ਲਿਆ ਹਾਲਾਤ ਕੀ ਨੇ, ਬੇਸ਼ੱਕ ਉਹ ਨਾਰਾਜ਼ਗੀ ਭਗਵੰਤ ਮਾਨ ਨਾਲ ਨਹੀਂ ਹੈ, ਜੇ ਤਾਂ ਲੋਕਾਂ ਦੇ ਭਗਵੰਤ ਮਾਨ ਦੀ ਕੀ ਆ ਜਿਹੜੀ ਅਪੀਲ ਆ, ਠੀਕ ਹੈ ਨਾ। ਜਿਵੇਂ ਕਿੱਕਲੀ ਨੇ 3 ਦਿਨ ਨੈਰੇਟਿਵ ਚੇਂਜ ਕਰੀ ਰੱਖਿਆ, ਪਰ ਉਹ ਨੈਰੇਟਿਵ ਨੂੰ ਤੋੜਤਾ ਕਿਤੇ ਨਾ ਕਿਤੇ ਆਪਣੀ ਜਿਹੜੀ ਮੌੜ ਦੇ ਵਿੱਚ ਮੈਂ ਕਿ ਇਵੈਂਟ ਹੁੰਦਾ ਇੱਕ ਵਿਰੋਧ ਹੋ ਜਾਂਦਾ। ਤਾਂ ਇੱਕ ਅੱਧਾ ਇਵੈਂਟ ਮੰਨ ਲਓ ਕਿ ਅਜੇ ਦਿਨ ਪਏ ਆ 3, ਇੱਕ ਅੱਧੀ ਕੋਈ ਨਾ ਕੋਈ ਕਿੱਕਲੀ ਹੋਰ ਪਾਤੀ ਜਾਂ ਕੋਈ ਨਾ ਕੋਈ ਇਹੋ ਜਿਹਾ ਸਗੂਫਾ ਜਿਹੜਾ ਹੈਗਾ, ਕਲਾਕਾਰ ਬੰਦੇ ਨੇ ਉਹਨਾਂ ਨੂੰ ਤਰੀਕਾ ਵੀ ਆਉਂਦਾ, ਜੇ ਕਰ ਜਾਂਦੇ ਆ ਤਾਂ ਮੈਂ ਕਹਿੰਦਾ ਵੀ ਬੜਾ ਕੁਛ ਇੱਥੇ ਹੋ ਜਾਣਾ, ਠੀਕ ਹੈ ਨਾ, ਚੇਂਜ ਆ ਜਾਣਾ। ਅਤੇ ਜਿਹੜਾ ਆਪਾਂ ਦੂਜੀ ਤੁਸੀਂ ਗੱਲ ਕੀਤੀ ਆ, ਤੀਜਾ ਹਲਕਾ ਆਪਾਂ ਬਠਿੰਡਾ ਦਿਹਾਤੀ ਲਾ ਲਈਏ, ਠੀਕ ਹੈ ਨਾ, ਬਠਿੰਡਾ ਦਿਹਾਤੀ ਦੇ ਵਿੱਚ ਮਿੱਤਰਾ ਤਨ ਕੀ ਇਹਨਾਂ ਦਾ ਫੜਿਆ ਜਾਂਦਾ ਰਿਸ਼ਵਤ ਦੇ ਕੇਸ ਦੇ ਵਿੱਚ, ਉਹ ਵੀ ਕਿਤੇ ਨਾ ਕਿਤੇ ਪੈਸੇ ਹੋਇਆ ਪਿਆ। ਮਾਨਸਾ 'ਚ ਤੁਸੀਂ ਗੱਲ ਕੀਤੀ ਆ, ਮਾਨਸਾ ਦੇ ਪਿੰਡਾਂ 'ਚ ਕੱਲ੍ਹ ਵੀ ਗਏ ਸੀ, ਉਹਦੇ ਕਈ ਪਿੰਡ ਵੱਡੇ ਵੱਡੇ ਪਿੰਡ ਇਹੋ ਜਿਹੇ ਜਿੱਥੇ ਅਜੇ ਤੱਕ ਕੀ ਆ ਆਮ ਆਦਮੀ ਪਾਰਟੀ ਅਪਰੋਚ ਹੀ ਨਹੀਂ ਕਰ ਸਕੀ, ਉੱਥੇ ਕਿਤੇ ਨਾ ਕਿਤੇ ਵਿਰੋਧ ਵੀ ਕਰਵਾਇਆ ਗਿਆ। ਸਿਰਫ ਇਸ ਮੁੱਦੇ 'ਤੇ ਕਹਿੰਦੇ ਸੀ ਬੰਦਾ ਜਿਤਾ ਕੇ ਭੇਜਿਆ ਸੀਗਾ ਜੀ ਡਾਕਟਰ, ਤੁਸੀਂ ਉਹਦਾ ਮੈਂ ਕੀ ਕੀਤਾ, ਠੀਕ ਹੈ ਨਾ। ਬੇਸ਼ੱਕ ਮੈਨੂੰ ਇਹ ਲੱਗਦਾ ਕਿ ਉਹ ਆਪਦੇ ਵਿਧਾਇਕ ਵੱਲੋਂ ਹੀ ਵਿਰੋਧ ਕਰਵਾਇਆ ਗਿਆ ਲੱਗਦਾ, ਠੀਕ ਹੈ ਨਾ, ਉਹ ਹਲਕਾ ਹੋ ਗਿਆ। ਤਾਂ ਇੱਕ ਭੁੱਚੋ ਦੇ ਵਿੱਚ ਵੀ ਜਗਸੀਰ ਸਿੰਘ ਮਾ ਕੇ ਜਿਹੜਾ ਹੈਗਾ ਮਾਸਟਰ ਜਗਸੀਰ ਸਿੰਘ, ਉਹਦੀ ਸ਼ਬਦਾਵਲੀ ਕਰਕੇ ਬੋਲਬਾਣੀ ਕਰਕੇ ਲੋਕਾਂ ਦੇ ਵਿੱਚ ਨਾਰਾਜ਼ਗੀ ਹੈਗੀ। ਇਸ ਕਰਕੇ ਜਿਹੜੀਆਂ ਮੈਂ ਕੇ ਹੈਗੇ ਨਾ ਮੈਂ ਕੇ 4-5 ਸੀਟਾਂ ਦੇ ਉੱਤੇ ਜਿਹੜੇ ਲੋਕਲ ਲੀਡਰਸ਼ਿਪ ਦਾ ਵਿਰੋਧ ਹੈਗਾ, ਇਹਨਾਂ ਸੀਟਾਂ ਦੇ ਉੱਤੇ ਜੇ ਮੰਨ ਲਓ ਕੀ ਹੈ ਇਹਨਾਂ ਨੂੰ ਉਹ ਫੈਕਟਰ ਕੰਮ ਕਰ ਜਾਂਦਾ ਜਿਹੜਾ ਮਾ ਕੇ ਲੋਕਾਂ ਦੇ ਵਿੱਚ ਮਾ ਕੇ ਰੋਸ ਦਾ ਹੈਗਾ, ਤਾਂ ਫਿਰ ਮਾ ਕੇ ਇਹਨਾਂ ਦਾ ਜਿੱਤਣਾ ਮੁਸ਼ਕਲ ਆ। ਪਰ ਜੇ ਕਿਤੇ ਭਗਵੰਤ ਮਾਨ ਦੇ ਚਿਹਰੇ ਨੂੰ ਲੋਕ ਦੇਖ ਕੇ ਜਿਵੇਂ ਪਹਿਲਾਂ ਬਣੀ ਸੀ, ਪਹਿਲਾਂ ਵੀ ਜਿੰਨੇ ਲੀਡਰ ਜਿੱਤੇ ਆ ਬਾਈ ਜੀ, ਮੈਂ ਇੱਕ ਗੱਲ ਕਲੀਅਰ ਸਾਰੇ ਲੋਕ ਜਾਣਦੇ ਆ, 9 ਦੇ 9 ਹਲਕੇ ਇਕੱਲੇ ਭਗਵੰਤ ਮਾਨ ਕਰਕੇ ਕੀ ਆ ਜਿੱਤੇ ਆ, ਕਿਸੇ ਬੰਦੇ ਦਾ ਆਪਦਾ ਪ੍ਰਭਾਵ ਨਹੀਂ ਸੀ, ਕਿਸੇ ਬੰਦੇ ਦਾ ਲੋਕਾਂ ਨੇ ਕਿਰਦਾਰ ਨਹੀਂ ਦੇਖਿਆ, ਸਿਰਫ ਭਗਵੰਤ ਮਾਨ ਨੂੰ ਲੋਕ ਸੀਐਮ ਦੇਖਣਾ ਚਾਹੁੰਦੇ ਸੀ। ਉਹ ਬੰਦੇ ਦੀ ਮੈਂ ਕਿ ਲੋਕਾਂ ਨੇ ਜਦੋਂ ਐੱਮ ਪੀ ਸੀਗਾ ਤਾਂ ਸੰਸਦ ਦੇ ਵਿੱਚ ਉਹਦੀ ਪ੍ਰੈਜੈਂਸ ਦੇਖੀ ਸੀ, ਠੀਕ ਹੈ ਨਾ, ਉਹਨੇ ਆਪਦੀ ਉੱਥੇ ਮੌਜੂਦਗੀ ਦਿਖਾਈ ਸੀ ਲੋਕਾਂ ਨੂੰ, ਉਹਨੇ ਮੋਦੀ ਦੇ ਮੂੰਹ ਦੇ ਉੱਤੇ ਖੜ ਕੇ ਕਟਾਕਸ਼ ਕੀਤੇ ਸੀ ਜਿਹੜੇ ਅੱਜ ਇਹਨਾਂ ਦੇ ਮੂੰਹ 'ਤੇ ਵੀ ਕਰਦਾ ਉਹ,
ਠੀਕ ਹੈ ਨਾ, ਤਾਂ ਉਹ ਚੀਜ਼ਾਂ ਲੋਕਾਂ ਨੇ ਦੇਖੀਆਂ ਸੀ, ਪਰ ਹਾਂ ਉਹਨਾਂ ਡਿਲੀਵਰ ਨਹੀਂ ਅਜੇ ਲੋਕਾਂ ਨੂੰ ਹੋਏ, ਇਸ ਕਰਕੇ ਲੋਕਾਂ 'ਚ ਹੈ, ਪਰ ਭਗਵੰਤ ਮਾਨ ਦਾ ਜਾਦੂ ਅਜੇ ਵੀ ਲੋਕਾਂ 'ਚ ਕਿਤੇ ਨਾ ਕਿਤੇ ਕੰਮ ਕਰ ਰਿਹਾ। ਇੱਕ ਚੀਜ਼ ਹੋਰ ਆ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਜਿਹੜਾ ਹੈਗਾ ਆ ਉਹ ਲੱਕਾ ਸਿੰਘ ਸਿਧਾਣਾ ਨੂੰ ਉਮੀਦਵਾਰ ਐਲਾਨਿਆ ਗਿਆ। ਲੱਕਾ ਸਿੰਘ ਸਿਧਾਣਾ ਦੀ ਜੇ ਪਿਛਲੇ ਦਿਨਾਂ ਦੀ ਗੱਲ ਕਰਾਂ ਤਾਂ ਇੱਥੇ ਰੋਡ ਸ਼ੋਅ ਜਿਹੜਾ ਕਰਦੇ ਨੇ ਉਹਦੇ ਵਿੱਚ ਵੀ ਬੜੇ ਵੱਡੇ ਦਾਅਵੇ ਲੱਕਾ ਸਿੰਘ ਸਿਧਾਣਾ ਜਿਹੜੇ ਹੈਗੇ ਕਰਦੇ ਨੇ। ਕੀ ਲੱਗਦਾ ਇਹ ਚੀਜ਼ਾਂ ਇਫੈਕਟ ਕਰੂਗੀ ਲੱਕਾ ਸਿੰਘ ਸਿਧਾਣਾ? ਉਹ ਕਹਿੰਦੇ ਨੇ ਕਿ ਮੇਰੇ 'ਤੇ ਬੜੇ ਇਲਜ਼ਾਮ ਲੱਗ ਰਹੇ ਨੇ, ਮੈਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਮਿਲ ਗਿਆ, ਇਹਦੇ ਨਾਲ ਮਿਲ ਗਿਆ, ਪਰ ਉਹ ਕਹਿੰਦੇ ਕਿ ਜਿਹੜੇ ਨਤੀਜੇ ਆਉਣੇ ਆ 4 ਤਰੀਕ ਉਹ ਕੁਛ ਵੱਖਰੇ ਹੀ ਹੋਣਗੇ। ਨਤੀਜੇ ਤਾਂ ਬਈ ਜਿੰਨੇ ਮਰਜ਼ੀ ਵੱਖਰੇ ਹੋ ਜਾਣ, ਪਰ ਇੱਕ ਲੋਕ ਨਾ ਬਿਹਤਰ ਜਾਣਦੇ ਆ ਲੋਕਾਂ ਦੇ ਵਿੱਚ ਨਾ, ਇੱਕ ਨਾ ਲੋਕ ਜਿੱਤਣ ਵਾਲੇ ਹਰੇਕ ਬੰਦੇ ਦੀ ਵੋਟ ਤਾਂ ਆਉਂਦਾ ਵੀ ਮੈਂ ਯਾਰ ਜਿੱਤਣ ਵਾਲੇ ਨੂੰ ਪਾਵਾਂ, ਹਰੇਕ ਬੰਦੇ ਦੇ ਅੰਦਰ ਹੁੰਦਾ ਕਿਤੇ ਨਾ ਕਿਤੇ। ਜਿਵੇਂ ਆਪਾਂ ਗੱਲ ਕਰਦੇ ਕਿਸੇ ਬੰਦੇ ਨਾਲ ਗੱਲ ਕਰੋਗੇ ਤੁਸੀਂ ਸਾਡੇ ਨਾਲ ਵੱਧ ਵਿਚਰਦੇ ਹੋ ਫਾਈਟ ਦੇ ਵਿੱਚ, ਆਪਾਂ ਨੂੰ ਪਤਾ ਵੀ 3 ਮੇਨ ਜਿਹੜੀਆਂ ਪਾਰਟੀਆਂ ਸਟ੍ਰੀਮ ਹੈਗੀਆਂ ਉਹ 3ੇ ਕੰਪੀਟੀਸ਼ਨ ਦੇ ਵਿੱਚ ਹੈਗੀਆਂ, ਤਾਂ ਹੁਣ ਮੈਂ ਕਹਿੰਦਾ ਵੀ ਲੱਖਾ ਸਿਧਾਣਾ ਬਾਹਲਾ ਇਫੈਕਟ ਨਹੀਂ ਕਰਦਾ। ਐਂਟੀ ਕੰਪੈਂਸੀ ਬੋਰਡ ਜਿਹੜੀ ਕੁਛ ਹੈਗੀ ਆ, ਕੁਛ ਯੂਥ ਦੇ ਵਿੱਚ ਜਿਹੜੇ ਮਾ ਕੇ ਹੁੰਦੇ ਅਗਰੈਸਿਵ ਮੁੰਡੇ ਫੇਸਬੁੱਕ 'ਤੇ ਜ਼ਿਆਦਾਤਰ ਜਿਹੜੇ ਕਰਦੇ ਆ, ਉਹਨਾਂ ਦੀਆਂ ਵੋਟਾਂ ਜ਼ਰੂਰ ਲੱਖਾ ਸਿਧਾਣੇ ਨੇ ਲੈ ਜਾਣੀਆਂ ਨੇ, ਪਰ ਲੱਖੇ ਸਿਧਾਣੇ ਨੂੰ ਵੋਟ ਕੁਛ ਜਿਹੜੀ ਹੈਗੀ ਆ, ਜਿਵੇਂ ਆਪਾਂ ਗੱਲ ਕਰਦੇ ਹਾਂ ਸਿਮਰਜੀਤ ਮਾਨ ਦਾ ਜਿਹੜਾ ਮਾ ਕੇ ਹੈਗੀ ਆ ਵੋਟ, ਹਰ ਹਲਕੇ ਦੇ ਵਿੱਚ ਮੇਰੇ ਖਿਆਲ 'ਚ ਜ਼ੋਰ ਮਾਰ ਕੇ 1000 ਤੋਂ ਵੱਧ ਵੋਟ ਉਹਨਾਂ ਕੋਲ ਹੈ ਨਹੀਂ, ਜਿਹੜੀ ਪੱਕੀ ਵੋਟ ਆ ਉਹਨਾਂ ਦੀ, ਤਾਂ ਉਹ ਵੋਟ ਕੁਛ ਉਹਨਾਂ ਨੂੰ ਪੈ ਜਾਣੀ ਆ, 1000-1500 ਵੋਟ ਮਾ ਕੇ ਹੈਗੀ ਆ, ਉਹ ਵੋਟ ਲੱਖੇ ਸਿਧਾਣੇ ਨੂੰ ਪੈ ਜਾਣਗੀਆਂ ਮੇਰੇ ਖਿਆਲ 'ਚ। ਜਿਵੇਂ ਲੱਗ ਰਿਹਾ ਜਿਵੇਂ ਪਿਛਲੀ ਵਾਰੀ ਆਪਣਾ ਖੈਰੇ ਨੂੰ ਜਿਹੜੀ ਵੋਟ ਪਈ ਸੀ 38,000, ਹਾਂ ਉਹ ਵੋਟ ਜਿਹੜਾ ਬੈਂਕ ਹੈਗਾ ਉਹ ਸਾਰਾ ਲਗਭਗ ਕੀ ਆ ਲੱਖੇ ਸਿਧਾਣੇ ਵੱਲ ਮੂਵ ਹੋਣਾ, ਥੋੜ੍ਹੀ ਮੋਟੀ ਵੋਟ ਵੱਧ ਸਕਦੀ ਆ, ਪਰ ਜ਼ਿਆਦਾ ਫਰਕ ਨਹੀਂ ਪੈਣਾ, ਲੋਕ ਜਾਣਦੇ, ਲੋਕ ਜਿੱਤ ਵਾਲੇ ਪਾਸੇ ਕੀ ਆ ਪਾਉਣਾ ਚਾਹੁੰਦੇ ਆ ਵੋਟ। ਕੁਛ ਕੀ ਆ ਜਿਵੇਂ ਉਹ ਗੱਲ ਕਰਦਾ ਕਿ ਕਿਰਦਾਰ ਦੀ ਗੱਲ ਜਾਂ ਹੋਰ ਕੀਤੀ ਜਾਂਦੀ ਆ, ਉਹ ਗੱਲਾਂ ਕੀ ਆ ਅੱਜ ਮਨਫੀ ਹੋ ਚੁੱਕੀਆਂ, ਕਿਰਦਾਰ ਅੱਜ ਕੱਲ੍ਹ ਕੋਈ ਕਿਸੇ ਦਾ ਨਹੀਂ ਦੇਖਦਾ, ਸਿਰਫ ਹਵਾ ਦੇਖੀ ਜਾਂਦੀ ਆ, ਹਵਾ ਬੜੀਆਂ ਵੱਡੀ ਗੇਮ ਨੂੰ ਗੇਮ ਚੇਂਜਰ ਹੁੰਦੀ ਆ। ਅੱਜ ਹਵਾ ਦੇ ਵਿੱਚ ਦੇਖੀਏ, ਹਵਾ ਦੇ ਵਿੱਚ ਲੱਖੇ ਸਿਧਾਣਾ ਕਿਤੇ ਨਾ ਕਿਤੇ ਦਿਖਾਈ ਨਹੀਂ ਦਿੰਦਾ, ਹਵਾ ਜਿੱਥੇ ਹੈਗੀ ਆਪਾਂ 2-3 ਸੀਟਾਂ ਦੀ ਗੱਲ ਕਰਦੇ ਜਿਵੇਂ ਖਡੂਰ ਸਾਹਿਬ ਦੀ ਗੱਲ ਕਰ ਲਈਏ ਫਰੀਦਕੋਟ, ਉੱਥੇ ਹਵਾ ਹੈ, ਉੱਥੇ ਆਪਾਂ ਕਹਿ ਸਕਦੇ ਹਾਂ ਕਿ ਹਾਂ ਯਾਰ ਉੱਥੇ ਮੁਕਾਬਲੇ 'ਚ ਕੈਂਡੀਡੇਟ ਹੈਗੇ ਆ, ਪਰ ਇੱਥੇ ਬਠਿੰਡੇ ਜ਼ਿਲ੍ਹੇ 'ਚ ਕੋਈ ਕੀ ਆ ਜ਼ਿਆਦਾ ਹਵਾ ਨਹੀਂ ਦਿੰਦੀ। ਇਸ ਕਰਕੇ ਲੱਖਾ ਸਿਧਾਣੇ ਦਾ ਫੈਕਟਰ ਜ਼ਿਆਦਾ ਲੋਕਾਂ 'ਤੇ ਮੇਰੇ ਹਿਸਾਬ ਨਾਲ ਕੋਈ ਜ਼ਿਆਦਾ ਅਸਰ ਨਹੀਂ ਕਰਨਾ, ਕਿਉਂਕਿ ਲੋਕ ਜਿੱਤਣ ਵਾਲੀ ਧਿਰ ਨੂੰ ਮੈਂ ਕਿ ਲੋਕ ਖੜਨਾ ਚਾਹੁੰਗੇ, ਬਾਕੀ 1-3 ਸਾਲ ਸਰਕਾਰ ਰਹਿੰਦੀ ਆ, ਠੀਕ ਹੈ ਨਾ, ਲੋਕਾਂ ਨੇ ਇਹ ਵੀ ਦੇਖਣਾ ਕਿ ਕੰਮ ਕਿਹਦੇ ਤੋਂ ਲੈਣੇ ਆ, ਅਤੇ ਬਾਦਲ ਕੇ ਜਿਹੜੇ ਆਖਰੀ ਸਾਹਾਂ 'ਤੇ ਹੈਗੇ ਉਹਨਾਂ ਤੋਂ ਲੋਕਾਂ ਨੂੰ ਲਗਭਗ ਮੋਹ ਭੰਗ ਤਾਂ ਹੋਇਆ, ਕਿਉਂਕਿ ਲੋਕ ਅਕਸਰ ਨਾ ਪਿੰਡਾਂ ਦੇ ਵਿੱਚ ਇਹ ਗੱਲ ਕਹਿੰਦੇ ਆ ਵੀ ਯਾਰ ਜੇ ਕੌਮ ਦੇ ਸਕੇ ਹੁੰਦੇ ਤਾਂ ਬੰਦੀ ਸਿੰਘ ਅੱਜ ਨੂੰ ਬਾਹਰ ਹੁੰਦੇ, ਜੇ ਬਾਦਲ ਕੇ ਕੌਮ ਦੇ ਸਕੇ ਹੁੰਦੇ ਤਾਂ ਮੇਰੇ ਖਿਆਲ ਦੇ ਵਿੱਚ ਹਰੇਕ ਬੰਦਾ ਜਾਣਦਾ ਕਿ ਸਾਡੇ ਸਭ ਤੋਂ ਵੱਡਾ ਮੁੱਦਾ ਜਿਹੜਾ ਬੇਅਦਬੀ ਦਾ ਸੀ ਉਹ 'ਤੇ ਅੱਜ ਨੂੰ ਸਖ਼ਤ ਕਾਨੂੰਨ ਬਣਿਆ ਹੁੰਦਾ, ਸੈਂਟਰ 'ਚ ਭਾਈਵਾਲ, ਚੰਡੀਗੜ੍ਹ ਦਾ ਮੁੱਦਾ ਸੀਗਾ ਉਹ ਵੀ ਹੱਲ ਕਰਾ ਸਕਦੇ ਸੀ, ਤਾਂ ਇਹ ਮੁੱਦੇ ਸਾਰੇ ਲੋਕ ਜਾਣਦੇ, ਲੋਕਾਂ ਦੇ ਜਿਹੜੇ ਮੁੱਦੇ ਆ ਜਿਹੜੇ ਅਸਲ 'ਚ ਲੋਕ ਸਭਾ 'ਚ ਹੱਲ ਹੋਣੇ ਆ, ਉਹਨਾਂ 'ਤੇ ਇਹਨਾਂ ਦੀ ਜਿਹੜੀ ਪਰਫੋਰਮੈਂਸ ਆ ਅਕਾਲੀ ਦਲ ਦੀ ਵੀ ਕੀ ਆ ਬਹੁਤੀ ਚੰਗੀ ਨਹੀਂ ਰਹੀ, ਇਸੇ ਕਰਕੇ ਕਹਿੰਦੇ ਕਿ ਲੋਕਾਂ ਨੂੰ ਹੋ ਸਕਦਾ ਆਸ ਹੋਵੇ। ਕਈ ਲੋਕ ਕਹਿੰਦੇ ਵੀ ਖੁੱਡੀਆਂ ਦੇ ਜਿਹੜੇ ਮੈਂ ਕਿ ਫਾਦਰ ਸਾਹਿਬ ਜਗਦੇਵ ਸਿੰਘ ਖੁੱਡੀਆਂ ਤੋਂ ਉੱਥੇ ਲੋਕ ਸਭਾ 'ਚ ਜਿਹੜੀ ਕਮੀ ਰਹਿ ਗਈ, ਕਿਉਂਕਿ ਉੱਥੇ ਲਿਆ ਕੇ ਪੰਜਾਬ ਦਾ ਦਰਦ ਰੱਖ ਨਹੀਂ ਸਕੇ, ਉਹਨਾਂ ਦਾ ਮਨ 'ਚ ਅੰਦਰ ਸੀਗਾ, ਇਸੇ ਕਰਕੇ ਉਹਨਾਂ ਨੂੰ ਪੁਲਿਸ ਵੱਲੋਂ ਚੱਕ ਕੇ ਕੀ ਆ ਸ਼ਹੀਦ ਕਰ ਦਿੱਤਾ ਗਿਆ ਸੀ, ਵੀ ਉਹ ਕੀ ਆ ਉਹ ਜਿਹੜਾ ਫੈਕਟਰ ਨਾ ਉਹ ਲੋਕਾਂ 'ਤੇ ਅਸਰ ਕਰ ਰਿਹਾ। ਲੋਕਾਂ ਜਦੋਂ ਵਿਚਰਦੇ ਆ ਗੱਲ ਕਰਦੇ ਆ ਤਾਂ ਮੈਂ ਕਿ ਮੌੜ ਏਰੀਏ 'ਚ ਹੋਰ ਥਾਵਾਂ 'ਚ ਕਈ ਪਿੰਡਾਂ ਜਦੋਂ ਬਜ਼ੁਰਗ ਗੱਲਾਂ ਕਰਦੇ ਆ ਬਹੁਤ ਲੋਕ ਦੱਸਦੇ ਵੀ ਸੀ ਉਹਨਾਂ ਦੇ ਭੋਗਤੇ ਵੀ ਗਏ ਸੀ, ਤਾਂ ਲੋਕਾਂ 'ਚ ਉਹ ਚੀਜ਼ ਹੈਗੀ ਆ, ਇਹ ਚੀਜ਼ ਦਾ ਉਹਨਾਂ ਨੂੰ ਬੈਨੀਫਿਟ ਜ਼ਰੂਰ ਹੋਊਗਾ ਉਹਨਾਂ ਨੂੰ। ਬਾਕੀ ਫਾਈਟ ਕਲੋਜ਼ ਆ ਬਾਈ, ਪਰ ਮੈਂ ਇੱਕ ਗੱਲ ਦੱਸ ਦਿੰਦਾ ਵੀ ਇੱਥੇ ਜਿਹੜੀ ਫਾਈਟ ਆ ਉਹ ਗੁਰਮੀਤ ਸਿੰਘ ਖੁੱਡੀਆਂ ਦੀ ਅਤੇ ਹਰਸਿਮਰਤ ਕੌਰ ਦਾ ਮੁਕਾਬਲਾ।